ਪਟਿਆਲਾ ਤੇ ਫਰੀਦਕੋਟ 'ਚ ਆਪਣੇ ਉਮੀਦਵਾਰ ਖੜੇ ਕਰੇਗੀ ਆਪ। ਹਰਪਾਲ ਚੀਮਾ। ਵਿਧਾਨ ਸਭਾ 'ਚ ਵਿਰੋਧੀ ਧਿਰ ਦੇ ਨੇਤਾ ਹਰਪਾਲ ਸਿੰਘ ਚੀਮਾ ਨੇ ਚੋਣ ਕਮਿਸ਼ਨ ਵੱਲੋਂ ਲੋਕ ਸਭਾ ਚੋਣਾਂ ਦੇ ਕੀਤੇ ਐਲਾਨ ਦਾ ਸਵਾਗਤ ਕੀਤਾ ਹੈ ਤੇ ਕਿਹਾ ਹੈ ਕਿ ਪਟਿਆਲਾ ਤੇ ਫਰੀਦਕੋਟ ਤੋਂ ਆਮ ਆਦਮੀ ਪਾਰਟੀ ਆਪਣੇ ਉਮੀਦਵਾਰ ਖੜੇ ਕਰੇਗੀ। ਇਸ ਦੇ ਨਾਲ ਹੀ ਉਹਨਾਂ ਕਿਹਾ ਕਿ ਟਕਸਾਲੀ ਅਕਾਲੀ ਦਲ ਨਾਲ ਸਮਝੌਤੇ ਬਾਰੇ ਫੈਸਲਾ ਜਲਦ ਹੀ ਹੋ ਜਾਵੇਗਾ। ਇਲੈਕਸ਼ਨ ਦੀ ਡੇਟ ਜਿਹੜੀ ਹੈਗੀ ਨੇ ਇਲੈਕਸ਼ਨ ਕਮਿਸ਼ਨ ਵੱਲੋਂ ਅੱਜ ਅਨਾਊਂਸ ਕੀਤੀਆਂ ਗਈਆਂ ਨੇ। ਪੰਜਾਬ ਦਾ ਜਿਹੜਾ ਇਲੈਕਸ਼ਨ ਆ ਉਹ 7ਵੇਂ ਦੌਰ ਵਿੱਚ ਹੋਊਗਾ, ਯਾਨੀ ਕਿ 7ਵੇਂ ਫੇਜ਼ 'ਚ ਪੰਜਾਬ ਦੀ ਇਲੈਕਸ਼ਨ ਹੋਊਗੀ। ਲਗਭਗ 19 ਤਰੀਕ ਜਿਹੜੀ ਹੈ ਪੰਜਾਬ ਦੀ ਇਲੈਕਸ਼ਨ ਹੋਣ ਜਾ ਰਹੀ ਆ। ਇਹ ਫੈਸਲਾ ਸਵਾਗਤ ਕਰਦੀ ਆ ਆਮ ਆਦਮੀ ਪਾਰਟੀ ਔਰ ਮੇਰੇ ਵੱਲੋਂ ਵੀ ਸਵਾਗਤ ਆ। ਔਰ ਮੈਂ ਸਮਝਦਾ ਕਿ ਪੰਜਾਬ ਦੇ ਵਿੱਚ ਜੋ ਕੰਮ ਜੋ ਵਾਅਦੇ ਕਰਕੇ ਕਾਂਗਰਸ ਪਾਰਟੀ ਸੱਤਾ ਵਿੱਚ ਆਈ ਸੀ, ਉਹਨਾਂ ਦਾ ਇੱਕ ਵੀ ਵਾਅਦਾ 2 ਸਾਲਾਂ 'ਚ ਪੂਰਾ ਨਹੀਂ ਹੋਇਆ। ਔਰ ਜੋ ਵਾਅਦੇ ਮੋਦੀ ਸਾਹਿਬ ਨੇ 2014 'ਚ ਕੀਤੇ ਸੀ, ਉਹਨਾਂ 'ਚ ਵੀ ਇੱਕ ਵੀ ਵਾਅਦਾ ਪੂਰਾ ਨਹੀਂ ਹੋਇਆ ਹੈਗਾ। ਔਰ ਪੰਜਾਬ ਦੇ ਲੋਕ, ਪੰਜਾਬ ਦਾ ਕਿਸਾਨ, ਪੰਜਾਬ ਦਾ ਵਪਾਰੀ, ਪੰਜਾਬ ਦਾ ਨੌਜਵਾਨ, ਪੰਜਾਬ ਦਾ ਮੁਲਾਜ਼ਮ ਵਰਗ, ਪੰਜਾਬ ਦਾ ਦਲਿਤ ਵਰਗ, ਪੰਜਾਬ ਦਾ ਹਰੇਕ ਵਰਗ ਕਾਂਗਰਸ ਪਾਰਟੀ, ਅਕਾਲੀ ਦਲ, ਬੀਜੇਪੀ ਨੂੰ ਸਭ ਕੁਛ ਖਾਉਣ ਲਈ ਤਿਆਰ ਆ। ਔਰ ਆਮ ਆਦਮੀ ਪਾਰਟੀ ਬੜੀ ਗਰਾਊਂਡ 'ਤੇ ਮਜ਼ਬੂਤ ਆ। ਦੇਖੋ, ਆਮ ਆਦਮੀ ਪਾਰਟੀ 2014 ਨਾਲੋਂ ਬਹੁਤ ਵੱਡਾ ਬਿਹਤਰ ਪ੍ਰਦਰਸ਼ਨ ਕਰੂਗੀ, ਕਿਉਂਕਿ ਉਸ ਸਮੇਂ ਸਾਡੇ ਕੋਲ ਸੰਗਠਨ ਵੀ ਹੈ ਨਹੀਂ ਸੀਗਾ। ਉਸ ਸਮੇਂ ਅਸੀਂ ਅਤੇ ਸਾਡੇ ਜਿਹੜੀ 20 MLA ਵੀ ਹੈ ਨਹੀਂ ਸੀਗੇ। ਹੁਣ ਤਾਂ ਸਾਡੇ ਕੋਲ ਜਿਹੜਾ ਸੰਗਠਨ ਵੀ ਆ, ਸਾਡੇ ਕੋਲ MLA ਸਾਹਿਬਾਨ ਵੀ ਨੇ, ਔਰ ਅਸੀਂ ਪੰਜਾਬ ਦੀ ਅਸੈਂਬਲੀ 'ਚ ਵੀ ਪ੍ਰਦਰਸ਼ਨ ਕਰ ਚੁੱਕੇ ਹਾਂ, ਔਰ ਪਾਰਲੀਮੈਂਟ 'ਚ ਵੀ ਸਾਡੇ ਬਾਨ ਸਾਹਿਬ ਪ੍ਰਦਰਸ਼ਨ ਕਰ ਚੁੱਕੇ ਨੇ, ਔਰ ਸਾਡੇ ਉਸ ਪ੍ਰਦਰਸ਼ਨ ਦੇਖ ਹੋਏ ਲੋਕ ਸਾਡੇ ਨਾਲ ਨੇ। ਬਾਗੀਆਂ ਦਾ ਕੋਈ ਅਸਰ ਨਹੀਂ, ਕਿਉਂਕਿ ਬਾਗੀ ਹਮੇਸ਼ਾ ਇਹ ਹੁੰਦਾ ਗਾ ਮੌਕਾ ਪ੍ਰਸਤ ਹੁੰਦੇ ਨੇ, ਇਹੋ ਜਿਹੇ ਮੌਕਾ ਪ੍ਰਸਤਾਂ ਨੂੰ ਲੋਕ ਮੂੰਹ ਨਹੀਂ ਲਾਉਂਦੇ ਹੈਗੇ। ਦੇਖੋ, ਕੱਲ੍ਹ ਟਕਸਾਲੀ ਬਹੁਜਨ ਸਮਾਜ ਪਾਰਟੀ ਦਾ ਜੇਕਰ ਸਾਡਾ ਸਮਝੌਤਾ ਹੁੰਦਾ, ਅਲਾਇੰਸ ਹੁੰਦਾ, ਤਾਂ ਮੈਂ ਸਮਝਦਾ ਕਿ ਬੋਰਡ ਦੀ ਡਿਵੀਜ਼ਨ ਹੁਣ ਬਚਰ ਹੋਊਗੀ ਔਰ ਅਸੀਂ ਇਸ ਤੋਂ ਵੀ ਬਿਹਤਰ ਪ੍ਰਦਰਸ਼ਨ ਕਰਾਂਗੇ। ਫਿਰ ਵਿਦ ਇਨ ਕਪਲ ਆਫ ਡੇ ਦੇ ਵਿੱਚ, ਥੋੜ੍ਹੇ ਦਿਨਾਂ ਦੇ ਵਿੱਚ ਸਾਡਾ ਜਿਹੜਾ ਹੈ ਕੰਪਰੋਮਾਈਜ਼ ਅਲਾਇੰਸ ਜਿਹੜਾ ਹੈਗਾ ਅਕਾਲੀ ਦਲ ਟਕਸਾਲੀ ਔਰ BS ਨਾਲ ਹੋਣ ਦੀ ਸੰਭਾਵਨਾ। ਗੱਲ ਅੜੀ ਨਹੀਂ ਹੋਈ, ਗੱਲ ਪਹਿਲੇ ਦੌਰ ਦੀ ਗੱਲਬਾਤ ਮੁਕੰਮਲ ਹੋਈ ਹੈ, ਦੂਜੇ ਦੌਰ ਦੀ ਜਿਹੜੀ ਗੱਲਬਾਤ ਆ ਉਹ 2 ਜਾਂ 3 ਦਿਨਾਂ ਵਿੱਚ ਹੋ ਜਾਊਗੀ। ਦੇਖੋ, ਕਈ ਸੀਟਾਂ ਨੂੰ ਲੈ ਕੇ ਆਨਾਕਾਨੀ ਹੋ ਰਹੀ ਆ, ਪਰ ਲੇਕਿਨ ਬ੍ਰਹਮਪੁਰਾ ਜੀ, ਸੇਵਾ ਸਿੰਘ ਸੇਖਵਾਂ ਜੀ ਬੜੇ ਸਿਆਣੇ ਸੁਗੜ ਨੇਤਾ ਨੇਗੇ, ਔਰ ਸਾਡੇ ਸੀਨੀਅਰ ਲੀਡਰ ਸਰਦਾਰ ਭਗਵੰਤ ਸਿੰਘ ਮਾਨ, ਪ੍ਰਿੰਸੀਪਲ ਬੁੱਧ ਰਾਮ ਜੀ, ਭੈਣ ਸਰਬਜੀਤ ਕੌਰ ਮਾਣੂਕੇ, ਸਾਡੀ ਜਿਹੜੀ ਕਮੇਟੀ ਬਣੀ ਉਹ ਸਾਰੇ ਜਿਹੜੇ ਹੈਗੇ ਨੇ ਬੜੇ ਇੰਟੈਲੀਜੈਂਟ ਲੋਕ ਨੇ, ਸਾਰੇ ਮਸਲੇ ਦਾ ਹੱਲ ਕੱਢ ਕੇ ਬੜਾ ਜਲਦੀ ਹੀ ਸਮਝੌਤਾ ਕਰ ਲਾਂਗੇ। ਗਾਂਧੀ ਅਤੇ ਖਾਲਸਾ ਜਿਹੜੇ ਹੈਗੇ ਨੇ ਉਹ ਆਪਣੇ ਆਪਣੇ ਫਰੰਟ ਤੋਂ ਚੋਣ ਲੜਨਗੇ, ਉਹ ਆਮ ਆਦਮੀ ਪਾਰਟੀ ਵੱਲੋਂ ਚੋਣ ਨਹੀਂ ਲੜਨਗੇ। ਆਮ ਆਦਮੀ ਪਾਰਟੀ ਪਟਿਆਲਾ ਅਤੇ ਫਤਿਹਗੜ੍ਹ 'ਚ ਆਪਣੇ ਕੈਂਡੀਡੇਟ ਖੜੇ ਕਰੋ। ਚੋਣ ਕਮਿਸ਼ਨ ਦੀ ਜਿਹੜੀ ਹੈਗੀ ਆ, ਉਹਨਾਂ ਦੀ ਪ੍ਰੈਸ ਕਾਨਫਰੰਸ ਸ਼ੁਰੂ ਹੋਣ ਤੋਂ ਚੰਦ ਮਿੰਟ ਪਹਿਲਾਂ ਲਗਭਗ 270 ਦੇ ਕਰੀਬ ਤਬਾਦਲੇ DSP ਦੇ ਪੰਜਾਬ 'ਚ ਕੀਤੇ ਗਏ ਨੇ। ਮੈਂ ਸਮਝਦਾ ਕੈਪਟਨ ਸਾਹਿਬ ਦੇ ਸਭ ਤੋਂ ਵੱਡਾ ਜਿਹੜਾ ਉਹਨਾਂ ਨੇ ਪੰਜਾਬ ਪੁਲਿਸ ਦਾ ਸਿਆਸੀਕਰਨ ਕੀਤਾ, ਇਹ ਬਹੁਤ ਹੀ ਮਾੜਾ ਗਾ, ਕਿਉਂਕਿ ਚੰਦ ਮਿੰਟ ਪਹਿਲਾਂ ਐਤਵਾਰ ਵਾਲੇ ਦਿਨ, ਛੁੱਟੀ ਵਾਲੇ ਦਿਨ ਇਸ ਤਰ੍ਹਾਂ ਤਬਾਦਲੇ ਕਰਨਾ, ਇਸ ਤੋਂ ਪਤਾ ਲੱਗਦਾ ਕਿ ਕਾਂਗਰਸ ਪਾਰਟੀ ਪੰਜਾਬ ਪੁਲਿਸ ਦਾ ਸਿਆਸੀਕਰਨ ਕਰਕੇ ਕਿਸ ਤਰ੍ਹਾਂ ਜਿਹੜੇ ਚੋਣਾਂ ਦੇ ਉੱਤੇ ਲੋਕਾਂ ਧਾਂਦਲੀਆਂ ਕਰਵਾਉਣ ਦਾ ਇਰਾਦਾ ਰੱਖਦੀ ਹੈ। ਪਰ ਲੇਕਿਨ ਆਮ ਆਦਮੀ ਪਾਰਟੀ ਹਰੇਕ ਜਿਹੜੀ ਧਾਂਦਲੀ, ਜਿਹੜੀ ਵੀ ਕਾਂਗਰਸ ਪਾਰਟੀ ਕਰੂ ਪੰਜਾਬ ਵਿੱਚ, ਜਿਹੜੀ ਵੀ ਕੱਲ੍ਹ BJP ਕਰੂ, ਉਹਦਾ ਮੂੰਹ ਤੋੜ ਮੈਂ ਜਵਾਬ ਦੇਊਗੀ।